ਉੱਤਰੀ ਅਮਰੀਕਾ ਵਿੱਚ ਕੈਲੀਫੋਰਨੀਆ ਦੇ ਸ਼ਹਿਰ ਫ੍ਰੀਮੌਂਟ ਦੇ ਗੁਰੂ ਘਰ ਦੀ ਸੁਪਰੀਮ ਕੌਂਸਲ ਚੋਣ ਲਈ ਸਿੱਖ ਸੰਗਤ ਨੇ ਤੀਜੀ ਵਾਰ ਸਿੱਖ ਪੰਚਾਇਤ ਸਲੇਟ ਨੂੰ ਅਗਲੇ 2 ਸਾਲ ਲਈ ਗੁਰੂ ਘਰ ਦਾ ਪ੍ਰਬੰਧ ਸੌਂਪ ਦਿੱਤਾ। ਪੇਸ਼ ਹੈ ਕੈਲੀਫੋਰਨੀਆ ਤੋਂ ਸਾਡੇ ਸਹਿਯੋਗੀ ਐਸ ਅਸ਼ੋਕ ਭੋਰਾ ਦੀ ਚੋਣਾਂ ਬਾਰੇ ਖਾਸ ਰਿਪੋਰਟ। ਕੈਲੀਫੋਰਨੀਆ ਦੇ ਸ਼ਹਿਰ ਬੇ ਏਰੀਏ 'ਚ ਪੈਂਦੇ ਫ੍ਰੀਮੌਂਟ ਦੇ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਦੀ ਚੋਣ ਮੁਕੰਮਲ ਹੋ ਗਈ ਹੈ। ਸਿੱਖ ਪੰਚਾਇਤ ਨੂੰ ਸਿੱਖ ਸੰਗਤ ਨੇ ਤੀਜੀ ਵਾਰ ਇਸ ਗੁਰੂ ਘਰ ਦਾ ਪ੍ਰਬੰਧ ਸੌਂਪਿਆ ਹੈ। ਜ਼ਿਕਰਯੋਗ ਹੈ ਕਿ 3 ਸਲੇਟਾਂ ਇਸ ਵਾਰ ਚੋਣ ਮੈਦਾਨ 'ਚੋਂ ਸਨ, ਜਿਨ੍ਹਾਂ 'ਚੋਂ ਸਿੱਖ ਪੰਚਾਇਤ ਨੂੰ ਸਭ ਤੋਂ ਵੱਧ ਵੋਟਾਂ ਮਿਲੀਆਂ ਅਤੇ ਇਸ ਦੇ 5 ਉਮੀਦਵਾਰ ਚੋਣ ਜਿੱਤ ਗਏ ਨੇ, ਜਦੋਂ ਕਿ ਪੰਥਕ ਸਲੇਟ ਦੇ ਜਸਵਿੰਦਰ ਜੰਡੀ ਅਤੇ ਬੇਰੀਆ ਸਿੱਖ ਅਲਾਂਸ ਦੇ ਅਵਤਾਰ ਸਿੰਘ ਧਾਮੀ ਆਪਣੀਆਂ ਸਲੇਟਾਂ ਨਾਲ ਪਛੜ ਗਏ ਨੇ। ਕੁੱਲ 4833 ਵੋਟਾਂ ਪੋਲ ਹੋਈਆਂ, ਜਿਨ੍ਹਾਂ 'ਚੋਂ ਤਕਰੀਬਨ 1300 ਦੇ ਫਰਕ ਨਾਲ ਸਿੱਖ ਪੰਚਾਇਤ ਮੁੜ ਕੇ ਚੋਣ ਮੈਦਾਨ 'ਚੋਂ ਅੱਗੇ ਨਿਕਲ ਗਈ ਹੈ ਔਰ ਅਗਲੇ 2 ਸਾਲਾਂ ਲਈ ਇਸ ਗੁਰੂ ਘਰ ਦਾ ਪ੍ਰਬੰਧ ਚਲਾਏਗੀ। ਆਓ ਜਾਣਦੇ ਹਾਂ ਇਸ ਦੀ ਮੁਕੰਮਲ ਰਿਪੋਰਟ। ਉੱਤਰੀ ਅਮਰੀਕਾ ਵਿੱਚ ਕੈਲੀਫੋਰਨੀਆ ਦੇ ਸ਼ਹਿਰ ਫ੍ਰੀਮੌਂਟ ਦੇ ਗੁਰੂ ਘਰ ਵਿੱਚ ਇਸ ਵਾਰ 4833 ਵੋਟਾਂ ਪੋਲ ਹੋਈਆਂ। ਤਕਰੀਬ 1300 ਵੋਟਾਂ ਦੇ ਫਰਕ ਦੇ ਨਾਲ ਸਿੱਖ ਪੰਚਾਇਤ ਨੂੰ ਤੀਜੀ ਵਾਰ ਜਿੱਤ ਨਸੀਬ ਹੋਈ। ਸਿੱਖ ਪੰਚਾਇਤ ਦੀ ਬੀਬੀ ਅਰਵਿੰਦਰ ਕੌਰ ਨੂੰ ਸਭ ਤੋਂ ਵੱਧ 2606 ਵੋਟਾਂ ਮਿਲੀਆਂ। ਉੱਤਰੀ ਅਮਰੀਕਾ ਦੇ ਸਿੱਖ ਸਿਧਾਂਤਾਂ ਦੇ ਸਭ ਤੋਂ ਵੱਡੇ ਪ੍ਰਚਾਰਕ ਤੇ ਸੰਚਾਲਕ ਮੰਨੇ ਜਾਂਦੇ ਫ੍ਰੀਮੌਂਟ ਗੁਰੂ ਘਰ ਦੇ ਚੋਣ ਖੇਤਰ ਵਿੱਚ 7 ਕਾਉਂਟੀਆਂ ਪੈਂਦੀਆਂ ਨੇ ਤੇ 13,443 ਵੋਟਰ ਨੇ ਤੇ ਇਸ ਵਾਰ ਇਹਨਾਂ ਵਿੱਚੋਂ 4833 ਵੋਟਾਂ ਪੋਲ ਹੋਈਆਂ, ਜੋ ਪਿਛਲੀ ਵਾਰ ਦੀਆਂ ਚੋਣਾਂ ਦੇ ਮੁਕਾਬਲੇ ਕਰੀਬ 1200 ਵੱਧ ਵੋਟਾਂ ਸਨ। ਇਸ ਵਾਰ ਤਿਕੋਣਾ ਮੁਕਾਬਲਾ ਹੋਣ ਦੀ ਸੰਭਾਵਨਾ ਬਣੀ ਹੋਈ ਸੀ, ਪਰ ਬੇ ਏਰੀਆ ਸਿੱਖ ਅਲਾਇੰਸ ਦੀ ਅਵਤਾਰ ਸਿੰਘ ਧਾਮੀ ਦੀ ਸਲੇਟ ਤੇ ਜਸਵਿੰਦਰ ਸਿੰਘ ਜੰਡੀ ਦੀ ਪੰਥਕ ਸਲੇਟ ਕਰੀਬ 1300 ਵੋਟਾਂ ਦੇ ਨਾਲ ਪਿਛੜ ਗਈ। 1 ਆਜ਼ਾਦ ਉਮੀਦਵਾਰ ਸਮੇਤ 16 ਉਮੀਦਵਾਰ ਚੋਣ ਮੈਦਾਨ ਵਿੱਚ ਸਨ, ਜਿਨ੍ਹਾਂ ਵਿੱਚੋਂ ਸਿਰਫ ਇੱਕੋ ਹੀ ਸਿੱਖ ਬੀਬੀ ਅਰਵਿੰਦਰ ਕੌਰ ਸੀ, ਜਿਸ ਨੂੰ ਸਭ ਤੋਂ ਵੱਧ ਵੋਟਾਂ ਪਈਆਂ। ਸਿੱਖ ਪੰਚਾਇਤ ਦੇ ਮੁੜ ਗੁਰੂ ਘਰ ਦੇ ਪ੍ਰਬੰਧ ਚਲਾਉਣ ਦੀ ਜ਼ਿੰਮੇਵਾਰੀ ਦੇ ਨਾਲ ਇਸੇ ਪੰਚਾਇਤ ਵੱਲੋਂ ਸ਼ੁਰੂ ਕੀਤੇ ਗਏ ਖਾਲਸਾ ਸਕੂਲ ਦੇ ਕਾਰਜਾਂ ਸਮੇਤ ਸਾਰੇ ਪ੍ਰੋਜੈਕਟ ਮੁਕੰਮਲ ਕਰਨ ਵਿੱਚ ਰਾਹ ਇੱਕ ਤਰ੍ਹਾਂ ਨਾਲ ਸਾਫ਼ ਹੋ ਗਿਆ ਹੈ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਗੁਰੂ ਘਰ ਫ੍ਰੀਮੌਂਟ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਸਿਰਫ ਚੋਣਾਂ ਹੀ ਨਹੀਂ ਨੇ, ਸਗੋਂ ਉੱਤਰੀ ਅਮਰੀਕਾ ਦੀ ਸਮੁੱਚੀ ਸਿੱਖ ਸੰਗਤ ਇਹਨਾਂ ਚੋਣਾਂ ਵੱਲ ਉਤਸੁਕਤਾ ਨਾਲ ਵੇਖਦੀ ਹੈ, ਕਿਉਂਕਿ ਸਿੱਖ ਸਿਧਾਂਤਾਂ ਦੇ ਨਾਲ ਨਾਲ ਸਿੱਖ ਸਿਆਸਤ ਦਾ ਇੱਕ ਪੱਖ ਵੀ ਇਸ ਗੁਰੂ ਘਰ ਨਾਲ ਜੁੜਿਆ ਹੋਇਆ। ਸਮੁੱਚੇ ਬੇ ਏਰੀਆ ਵਿੱਚ ਸਿੱਖ ਪੰਚਾਇਤ ਦੇ ਚੋਣ ਜਿੱਤਣ ਨਾਲ ਪੂਰਾ ਖੁਸ਼ੀ ਦਾ ਮਾਹੌਲ ਹੀ ਨਹੀਂ, ਸਗੋਂ ਲੰਘੀ ਅੱਧੀ ਰਾਤ ਨੂੰ ਜਦੋਂ ਵਰਦੇ ਮੀਂਹ ਵਿੱਚ ਚੋਣ ਨਤੀਜਿਆਂ ਦਾ ਐਲਾਨ ਕੀਤਾ ਗਿਆ ਤਾਂ ਨਾ ਸਿਰਫ 3 ਸਲੇਟਾਂ ਦੇ ਸਮਰਥਕ ਹਾਜ਼ਰ ਸਨ, ਸਗੋਂ ਵੱਡੀ ਗਿਣਤੀ ਵਿੱਚ ਸਿੱਖ ਸੰਗਤ ਵੀ ਪਹੁੰਚੀ ਹੋਈ ਸੀ। ਇਸ ਵਾਰ ਲੱਗਦਾ ਸੀ ਕਿ 3 ਹੀ ਸਲੇਟਾਂ, ਜਾਣੀ ਕਿ ਸਿੱਖ ਪੰਚਾਇਤ ਪੰਥਕ ਸਲੇਟ ਅਤੇ ਬੇਰੀਆ ਸਿੱਖ ਅਲਾਇੰਸ ਤਕੋਣੀ ਟੱਕਰ ਹੋਏਗੀ, ਲੇਕਿਨ ਬਹੁਤ ਵੱਡੇ ਫਰਕ ਨਾਲ ਸਿੱਖ ਪੰਚਾਇਤ ਨੂੰ ਸਿੱਖ ਸੰਗਤ ਨੇ ਫਤਵਾ ਦਿੱਤਾ ਹੈ। ਜ਼ਿਕਰਯੋਗ ਹੈ ਕਿ ਉੱਤਰੀ ਅਮਰੀਕਾ ਵਿੱਚ ਫ੍ਰੀਮੌਂਟ ਗੁਰੂ ਘਰ ਸਿੱਖ ਪ੍ਰਚਾਰ ਅਤੇ ਸਿੱਖ ਸਿਧਾਂਤ ਲਈ ਪ੍ਰਮੁੱਖ ਰੂਪ ਵਿੱਚ ਜਾਣਿਆ ਜਾਂਦਾ ਹੈ। ਫ੍ਰੀਮੌਂਟ ਕੈਲੀਫੋਰਨੀਆ ਤੋਂ ਐਸ ਅਸ਼ੋਕ ਭੋਰਾ, ਗਲੋਬਲ ਪੰਜਾਬ ਟੀਵੀ ਲਈ।